ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬਿਲਡਿੰਗ ਦਾ ਸਾਰਾ ਮਲਬਾ ਜਿਹੜਾ ਹੇਠਾਂ ਖੜੀਆਂ ਗੱਡੀਆਂ ਤੇ ਡਿੱਗ ਜਾਂਦਾ, ਜਿਸ ਤੋਂ ਕਾਰ ਮਾਲਕ ਕਾਫੀ ਨਿਰਾਸ਼ ਹੋ ਜਾਂਦੇ ਨੇ। ਤਾਂ ਵੇਖ ਸਕਦੇ ਹੋ ਕਿ ਇੱਥੇ ਬਿਲਡਿੰਗ ਬਣ ਰਹੀ ਸੀ ਤੇ ਅਚਾਨਕ ਇਸ ਦਾ ਸਾਰਾ ਮਲਬਾ ਜਿਹੜਾ ਹੇਠਾਂ ਖੜੀਆਂ ਗੱਡੀਆਂ ਤੇ ਡਿੱਗ ਜਾਂਦਾ, ਤਾਂ ਵੱਡਾ ਨੁਕਸਾਨ ਇਹਨਾਂ ਗੱਡੀਆਂ ਨੂੰ ਹੋਇਆ। ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਗੱਡੀ ਦੇ ਉੱਤੇ ਇਸ ਕੰਧ ਦਾ ਸਾਰਾ ਮਲਬਾ ਡਿੱਗਿਆ ਹੋਇਆ, ਜਿਸ ਕਾਰਨ ਇਸ ਗੱਡੀ ਦੇ ਫਰੰਟ ਵਾਲੇ ਸ਼ੀਸ਼ੇ ਅਤੇ ਹੋਰ ਵੀ ਭਾਰੀ ਨੁਕਸਾਨ ਹੋ ਜਾਂਦਾ। ਤਾਂ ਕਾਰ ਮਾਲਕਾਂ ਦੇ ਵੱਲੋਂ ਹੁਣ ਬਿਲਡਿੰਗ ਦੇ ਮਾਲਕ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਬਣਦੀ ਕਾਰਵਾਈ ਦੀ ਗੱਲ ਕਹੀ ਗਈ ਹੈ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਉਸਾਰੀ ਅਧੀਨ ਇਹ ਬਿਲਡਿੰਗ ਸੀ ਤੇ ਅਚਾਨਕ ਇਸਦੀ ਕੰਧ ਡਿੱਗੀ ਹੈ। ਤਾਂ ਕੰਧ ਦੇ ਵਿੱਚ ਵੇਖ ਸਕਦੇ ਹੋ ਕਿ ਇਸਦੀਆਂ ਇੱਟਾਂ ਹੁੰਦੀਆਂ ਜਿਹੜੀਆਂ ਉਹ ਹੇਠਾਂ ਖੜੀਆਂ ਇਹਨਾਂ ਗੱਡੀਆਂ 'ਤੇ ਡਿੱਗ ਜਾਂਦਾ। ਤਾਂ 4 ਤੋਂ 5 ਗੱਡੀਆਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਹਾਦਸੇ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ, ਜਿਸ ਤੋਂ ਬਾਅਦ ਕਾਰ ਮਾਲਕਾਂ ਦੇ ਵੱਲੋਂ ਇਸ ਬਿਲਡਿੰਗ ਦੇ ਮਾਲਕ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਤੁਹਾਨੂੰ ਕੀ ਪਤਾ ਲੱਗਾ ਹੁਣ ਜੋ ਆਏ ਜੀ ਕੀ ਵੇਖਿਆ? ਕੰਧ ਕੰਧ ਡਿੱਗ ਪਈ ਹੈ, ਕੰਧ ਡਿੱਗਦੀ ਹੈ। ਨੁਕਸਾਨ ਕਿੰਨਾ ਹੋਇਆ? ਸਾਰੀ ਗੱਡੀ ਚੋਰ ਹੋ ਗਈ, ਸਾਰੀ ਟੁੱਟ ਲਾਸੀ ਹੋ ਕੇ। ਮਾਲਕ ਨਾਲ ਗੱਲਬਾਤ ਹੋਈ ਤੁਹਾਡੀ? ਜਿਹੜਾ ਹੈਗਾ ਜਿਹਦੀ ਕੰਧ ਉਹ ਹੈ, ਦੂਸਰੀ ਕੰਧ ਗੱਡੀ ਖਲੋਤੀ ਸੀ ਉਹ ਸਾਰੇ ਲੈ ਗਏ ਜੀ। ਮੈਂ ਉਹ ਗਰੀਬ ਬੰਦਾ, ਮੈਨੂੰ ਤੁਸੀਂ ਵੀ ਲੈ ਚੱਲੇ, ਕਿੱਥੋਂ ਆਏ ਜੀ ਤੁਸੀਂ? ਮੈਂ ਤੁਸੀਂ ਪੁੱਛਣਾ ਇੱਥੇ ਆਪਣੇ ਕਲੋਨੀ 'ਚ ਰਹਿੰਦਾ। ਭਾਅ ਜੀ ਕਿੰਨੀਆਂ ਗੱਡੀਆਂ ਸੀ ਟੋਟਲ ਜਿਹੜੀਆਂ ਇੱਥੇ ਖਲੋਤੀਆਂ ਸੀ? ਇਹ 4 ਸੀ ਗਏ, 4 ਟੁੱਟ ਗਈਆਂ। ਹਾਂਜੀ 4 ਇੱਥੇ, 4 ਕੰਡਮ ਹੋ ਗਈਆਂ। ਕੀ ਮੰਗ ਕਰਦੇ ਤੁਸੀਂ? ਕਿਉਂਕਿ ਗੱਡੀ ਸੁਧਾਰ ਕਰਨਾ ਚਾਹੁੰਦੇ ਜੀ, ਮਾਲਕ ਨੂੰ ਮੰਗ ਕਰਨਾ ਚਾਹੁੰਦੇ ਕਿਉਂਕਿ ਕਸੂਰ ਮਾਲਕ ਦਾ ਯਾਰ ਜੀ। ਨਹੀਂ ਕੋਣ ਮੰਨਦਾ ਦੀ ਕੰਧ? ਮਾੜੇ ਬੰਦੇ ਦੀ ਕੋਣ ਮੰਨਦਾ ਜੀ? ਮਾੜੇ ਤੁਸੀਂ ਕਿੱਥੇ ਜੀ? ਮਹਾਰਾਜ ਰੱਬ ਬੈਠਾ ਵਾ ਸਾਰਿਆਂ ਵਾਸਤੇ, ਰੱਬ ਇੱਕੋ ਜਿਹਾ ਹੀ ਆ। ਕੋਈ ਮਾੜਾ ਥੋੜੀ ਕੋਈ ਗੱਲ ਨਹੀਂ ਸੁਣਾਣੀ ਉਹਨੇ, ਨਹੀਂ ਕਿਹਨ ਕੀ ਸੁਣਨੀ? ਗੱਡੀ ਤੇ ਵੀ ਰੱਖੀ ਆ, ਮਾੜੇ ਥੋੜੀ ਹੈਗੇ ਆਪਾਂ। ਮਾਲਕ ਦੇ ਨਾਲ ਗੱਲਬਾਤ ਹੋਈ ਹੈ ਕੋਈ ਤੁਹਾਡੀ? ਪਹਿਲੇ ਮਾਲਕ ਨੂੰ, ਮਾਲਕ ਨੂੰ ਕਿੱਥੇ ਪੁੱਛਣਾ? ਮੈਂ ਪਤਾ ਨਹੀਂ ਮਾਲਕ ਦਾ, ਪਤਾ ਨਹੀਂ ਮਾਲਕ ਦਾ। ਮਾਲਕ ਕਹਿੰਦੇ ਆ ਪਤਾ ਨਹੀਂ ਭਾਬੇ ਆ ਨਾ ਜੀ, ਉਹ ਸਪੇਅਰ ਪਾਰਟ ਵਾਲੇ। ਉਹ ਜੀ ਇਨਲੀਗਲ ਤਰੀਕੇ ਨਾਲ ਬਿਲਡਿੰਗ ਬਣ ਰਹੀ ਆ, ਕੰਧ ਘਟੀ ਆ। ਉਹ ਤਾਂ ਹੁਣ ਇੱਕ ਮੁੜ ਕੇ ਕਿਤੇ ਆਉਂਦੇ ਨਹੀਂ ਮਾਲਕ, ਉਹ ਤਾਂ ਨਹੀਂ ਜਨਾਬ। ਗੱਡੀਆਂ ਟੁੱਟੀਆਂ ਘਟਨਾ ਹੋਈ ਨੂੰ ਦੋ ਮੈਂ ਆਪਣਾ ਨਾਮ ਬੋਲ ਦੇਣਾ, ਤੁਸੀਂ ਪਤਾ ਕਰ ਲੋ ਜੀ ਮੇਰੀ ਬਿਲਡਿੰਗ ਮੇਰੀ ਹੈ, ਮੇਰੀ ਰਹਿਸ਼ ਭਾਜੀ ਸਲਾਮਾਬਾਦ ਉਲਦੀ ਘਰ ਹੈਗੀ ਆ, ਤੇ ਮੈਂ ਇੱਥੇ ਰਾਹ ਜਾਂਦੇ ਰੁਕ ਗਿਆ। ਤੁਸੀਂ ਮੈਨੂੰ ਮੈਂ ਗੁਨਾ ਹੋ ਗਿਆ ਸਾਹਮਣੇ, ਤੁਸੀਂ ਨਹੀਂ ਨਹੀਂ ਭਾਈ ਸਾਹਿਬ, ਮੈਂ ਤਾਂ ਕਹੀ ਜਾਂਦਾ ਪਿਆ ਹੁਣ ਤੁਸੀਂ ਆਓ ਆਓ ਮੇਰੇ ਨਾਲ, ਤੁਸੀਂ ਇਹ ਚੱਲਣਾ ਭਾਜੀ। ਦੇਖੋ ਜਿਹੜੀ ਮੇਰੀ ਚੀਜ਼ ਹੈ ਨਹੀਂ, ਤੁਸੀਂ ਮੇਰੇ ਤੇ ਐਵੇਂ ਥੋਪੀ ਜਾਓਗੇ? ਅੱਛਾ ਮੇਰੀ ਹੈ, ਲੋ ਭਾਜੀ। ਅੱਛਾ ਤੁਸੀਂ ਤੁਸੀਂ ਰਾਹ ਜਾਂਦੇ ਨੂੰ ਰੋਕ ਕੇ ਕਹੋਗੇ ਯਾਰ ਕਿ ਤੂੰ ਇਹਦੇ ਉੱਤੇ ਆਪਣੀ ਪ੍ਰਤੀਕਿਰਿਆ ਦੇ। ਤੁਸੀਂ ਰਾਹ ਜਾਂਦੇ ਨੂੰ ਭਾਜੀ ਦੇਖੋ ਮੈਂ ਇੱਥੇ ਖੜਾ ਹੁਣ, ਤੁਸੀਂ ਵੀ ਆਇਓ। ਤੁਸੀਂ ਰਾਹ ਜਾਂਦੇ ਨੂੰ ਰੋਕ ਕੇ ਕਹੋਗੇ ਤੁਸੀਂ ਇੱਥੇ ਬੋਲੋ, ਕਮੈਂਟ ਦਿਓ ਸਰ ਮੈਂ ਕਿੱਦਾਂ ਮੇਰੀ ਗੱਲ ਸੁਣੋ।
ਤੁਸੀਂ ਤੁਹਾਡੇ ਅੱਗੇ ਮਾਈਕ ਕੀਤਾ, ਅਸੀਂ ਕਿਸੇ ਹੋਰ ਦੇ ਅੱਗੇ ਕਿਉਂ ਨਹੀਂ ਕੀਤਾ? ਸਰ ਮੈਨੂੰ ਪਤਾ ਹੀ ਨਹੀਂ, ਇਹਦੇ ਬਾਰੇ ਮੈਨੂੰ ਨਹੀਂ ਗੱਲ ਕਰਦੀ ਕਿ ਭਾਈ ਜੀ ਤੁਹਾਡੀ ਬਿਲਡਿੰਗ ਨਹੀਂ ਹੈਗੀ, ਕਹਿੰਦੇ ਮੇਰੀ ਹੈਗੀ ਆ, ਜੁੜ ਕੇ ਪਿੱਛੇ ਚੱਲ ਜਾਓ। ਉਹ ਯਾਰ ਭਾਜੀ ਇੱਥੇ ਤੁਸੀਂ ਨਾ ਥੋੜੀ ਦੇਰ ਪਹਿਲਾਂ ਆਉਂਦੇ ਤੇ ਇੱਥੇ ਘੱਟੋ ਘੱਟ 200 ਬੰਦਾ ਖੜਾ ਸੀ ਤੇ 200 ਚੱਲ ਗਿਆ, ਤੁਸੀਂ ਕਿਉਂ ਨਹੀਂ ਗਏ? ਯਾਰ ਮੈਂ ਤੁਹਾਨੂੰ ਕੰਮ ਆਇਆ ਸਾਹਮਣੇ ਦਫ਼ਤਰ ਭਾਜੀ। ਕਿਹੜਾ ਕੰਮ ਹੈ? ਮੇਰੀ ਆਪਣੀ ਉਹਦੀ ਆਰਸੀ ਲੈਣ ਆਇਆ ਭਾਜੀ। ਆਰਸੀ ਲੈਣੀ ਹੈ ਭਾਜੀ? ਆਰਸੀ ਛੱਡੋ ਭਾਜੀ, ਹੁਣ ਤੁਸੀਂ ਨਾ ਗਾਂ ਜੀ ਗਾਂ ਤੁਰ ਪਏ ਕਰ ਦਿੰਦੇ ਆ। ਦੇਖੋ ਮੈਂ ਭਾਜੀ ਤੁਸੀਂ ਹੈਗੇ ਪ੍ਰੈਸ ਵਾਲੇ, ਅਸੀਂ ਇੰਨੇ ਸਿਆਣੇ ਨਹੀਂ ਹੈਗੇ। ਅਸੀਂ ਤੁਹਾਡੇ ਤੋਂ ਜ਼ਿਆਦਾ ਸਿਆਣੇ ਨਹੀਂ ਹੋ ਸਕਦੇ, ਕਿਉਂਕਿ ਜਿੰਨੇ ਸਿਆਣੇ ਤੁਸੀਂ ਜੇ ਮੁਕਰ ਗਏ ਤੁਸੀਂ ਸਾਰਾ ਕੁਝ, ਇਸ ਤੋਂ ਜ਼ਿਆਦਾ ਸਿਆਣਾ ਕੌਣ ਹੋ ਸਕਦਾ? ਯਾਰ ਤੁਸੀਂ ਹੁਣ ਕਹਿੰਦੇ ਆਪਾਂ ਵਿਖਾਇਆ ਸਾਰਾ ਕੁਝ। ਇਹ ਚੀਜ਼ ਜਿਹੜੀ ਇਹਨਾਂ ਦੇ ਸਾਹਮਣੇ ਗੱਲ ਕੀਤੀ, ਇਹ ਜਿਹੜੀ ਚੀਜ਼ ਹੈ ਨਾ, ਇਹ ਸਾਰੀ ਤੁਹਾਡੇ ਕੋਲ ਰਿਕਾਰਡ ਰਹਿਣੀ ਆ ਤੇ ਮੈਂ ਵੀ ਇੱਥੇ ਰਹਿਣਾ। ਬਿਲਕੁਲ, ਅਸੀਂ ਚਾਹਾਂਗੇ ਕਿ ਇਹ ਵੀਰ, ਠੀਕ ਹੈ ਜੀ, ਇਹ ਵੀਰ ਦੀ ਬਿਲਡਿੰਗ ਨਾ ਹੀ ਹੋਵੇ, ਕਿਉਂਕਿ ਇਹ ਵੀਰ ਡਿੱਗੀ ਦੇਖੀ ਹੈ। ਹਾਂਜੀ, ਦੱਸਿਆ ਜੀ ਕਿਹੜਾ ਇਲਾਕਾ? ਕਿਹੜਾ ਸਰ ਇਲਾਕਾ? ਕਿਹੜਾ ਵਾਲਾ? ਹਾਂਜੀ ਇਲਾਕਾ ਕਿਹੜਾ ਸਰ? ਮੈਨੂੰ ਭੇਜਿਆ ਗਿਆ ਵਾ ਕਿ ਵੇਖੋ ਮੌਕੇ ਤੇ ਕੀ ਗਾ। ਮੈਂ ਆਪਣੇ ਅਫਸਰਾਂ ਨੂੰ ਕਿਹਾ, ਬਿਲਕੁਲ ਅਫਸਰਾਂ ਨਾਲ ਗੱਲ ਕਰਕੇ ਭੇਜਿਆ, ਜਾਂਚ ਹੋਣੀ ਚਾਹੀਦੀ ਸੀ। ਸਾਹਿਬ ਨੇ ਫੋਨ ਕੀਤਾ, ਜਾਂਚ ਆਏਗੀ ਜੀ? ਹਾਂਜੀ ਹਾਂਜੀ, ਜਾਂਚ ਕਾਰਵਾਈ ਕੀਤੀ ਜਾਏਗੀ ਜੇ ਕੋਈ ਪਾਇਆ ਜਾਂਦਾ। ਕਾਰਵਾਈ ਤੇ ਅੱਗੇ ਵੀ ਕਰਦੇ ਪਏ ਸਰ, ਪਹਿਲੇ ਵੀ ਕੰਪਲੇਂਟ ਆਈ ਇਹਨਾਂ ਦੀ? ਹਾਂਜੀ ਹਾਂਜੀ, ਕੀ ਕੰਪਲੇਂਟ ਆਈ ਪਹਿਲਾਂ? ਉਹਦਾ ਨਕਸ਼ਾ ਪਾਸ ਸੀ ਜੀ, ਕਿਉਂਕਿ ਉਹ ਵਿਖਾਇਆ ਗਿਆ। ਤੁਸੀਂ ਇਸ ਤਰ੍ਹਾਂ ਉਹ ਨਕਸ਼ਾ ਨਹੀਂ ਪਾਸ ਹੈਗਾ ਨਾ? ਨਹੀਂ, ਨਕਸ਼ਾ ਪਾਸ ਹੈ, ਮਤਲਬ ਘਰ ਦਾ ਨਕਸ਼ਾ? ਹਾਂ, ਘਰ ਦਾ ਰਹੇ ਭਾਜੀ। ਇਹ ਮੈਨੂੰ ਨਹੀਂ ਪਤਾ ਹੁਣ, ਬਿਲਕੁਲ ਮੈਨੂੰ ਤਾਂ ਭੇਜਿਆ ਗਿਆ ਵਾ, ਉਹਨਾਂ ਨੇ ਜਾਣਕਾਰੀ ਸਾਂਝੀ ਕਰਤੀ। ਗੱਡੀ ਇਹੋ ਆਖਿਆ ਗੱਡੀ ਮੇਰੀ ਤਾਂ ਲੱਗੀ ਹੈ ਅਤੇ ਤਿੰਨ ਚਾਰ ਗੱਡੀਆਂ ਲੱਗੇ ਹੋਰ ਲੱਗੀਆਂ ਸੀ, ਗੱਡੀਆਂ ਹੋਰ ਤਾਂ ਨੁਕਸਾਨ ਹੋਇਆ, ਬਾਕੀ ਗੱਡੀਆਂ ਆਪਣੀ ਲੱਗੇ ਨੇ, ਇਹਨੇ ਗੱਡੀ ਲੱਗੀ ਹੈ। ਮਾਲਕ ਦਾ ਪਤਾ ਲੱਗ ਗਿਆ ਕੌਣ ਹੈ ਜੀ? ਅਜੇ ਆਏ ਹਾਂ ਜੀ, ਵੇਖ ਲੈਂਦੇ ਆ, ਕਰਦੇ ਕਾਰਵਾਈ ਕੀਤੀ ਜਾਏਗੀ? ਬਿਲਕੁਲ ਕਾਰਵਾਈ ਹੋਈ, ਕੋਈ ਨਹੀਂ ਹੋਈ।